ਔਰ ਜਿਹੜਾ ਆਪਣੇ ਵਾਲਾ ਸੀ ਉਹਨੂੰ ਅੰਗੂਠਾ ਦਿਖਾਤਾ, ਚੱਲ ਤੂੰ ਦੌੜ ਜਾ, ਔਰ ਉਹਦਾ ਹੱਥ ਕਿਹਨੇ ਫੜ ਲਿਆ? ਅਕਾਲੀ ਦਲ ਨੇ ਫੜ ਲਿਆ। ਜਿਸ ਵੇਲੇ ਮੌਤ ਆਉਂਦੀ ਹੈ ਤੇ ਉਸ ਵੇਲੇ ਪੋਸਟ ਨਹੀਂ ਲੱਗਦੇ ਪਿੰਡਾਂ 'ਚ, ਮੌਤ ਤੇ ਇਸ ਤਰ੍ਹਾਂ ਹੀ ਆਉਂਦੀ ਹੈ। ਭਾਈਓ ਭੈਣੋ, ਇਹ ਅਕਾਲੀ ਦਲ ਵਾਲੇ ਬੜੇ ਆਏ ਸਾਡੇ ਕੋਲੋਂ, ਸਮਝੌਤਾ ਕਰ ਲਓ ਜੀ, ਅਸੀਂ ਇਹ ਭਾਈ ਤੁਹਾਡੇ ਨਾਲ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਉਹ ਭਾਈ ਸਾਨੂੰ ਤੁਸੀਂ SYL ਦਾ ਪਾਣੀ ਦੇ ਦਿਓ, ਸਮਝੌਤੇ 'ਚ ਅਸੀਂ ਕਹੋਗੇ ਤੇ ਅਸੀਂ ਇੱਕ ਨਹੀਂ ਦੋ ਤਿੰਨ ਸੀਟਾਂ ਫ੍ਰੀ 'ਚ ਦੇ ਦਿਆਂਗੇ ਤੁਹਾਨੂੰ। ਅਕਾਲੀ ਦਲ ਵਾਲਿਓ, ਤੁਸੀਂ ਘੋਸ਼ਣਾ ਕਰ ਦਿਓ ਕਿ ਅਸੀਂ SYL ਦੇ ਕੰਮ ਦੇ ਵਿੱਚ ਰੋੜਾ ਨਹੀਂ ਅਟਕਾਵਾਂਗੇ, ਹਰਿਆਣਾ ਦੀ SYL ਦੀ ਨਹਿਰ ਹੈ ਉਹਨੂੰ ਬਣਵਾ ਦਿਆਂਗੇ। ਤੁਹਾਡਾ ਚੰਗਾ ਕੋਈ ਵੀ ਇੱਕ ਪ੍ਰਤਿਆਸ਼ੀ ਦੱਸ ਦਿਓ, ਅਸੀਂ ਉੱਥੋਂ ਆਪਣਾ ਕੈਂਡੀਡੇਟ ਵਾਪਸ ਲੈ ਲਾਂਗੇ, ਤੁਹਾਨੂੰ ਜਿਤਾ ਦਿਆਂਗੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਕਾਲੀਆਂ ਨਾਲ ਚੋਣ ਗੜਚੋੜ ਬਾਰੇ ਦੋ ਹਰਫੀ ਗੱਲ ਨਿਬੇੜਦਿਆਂ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਨਸ਼ੇ ਦੇ ਵਪਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਨਿਭਣੀ ਸੰਭਵ ਨਹੀਂ ਹੈ। ਉਹਨਾਂ ਵਿਧਾਨ ਸਭਾ ਹਲਕਾ ਕਿਲਿਆਂਵਾਲੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਕਾਲੀ ਦਲ ਦੇ ਇੱਕੋ ਇੱਕ ਸਟ੍ਰਿੰਗ ਵਿਧਾਇਕ ਨੂੰ ਨਸ਼ਿਆਂ ਦੇ ਦੋਸ਼ਾਂ ਵਿੱਚ ਘਿਰ ਜਾਣ ਕਰਕੇ ਅੰਗੂਠਾ ਦਿਖਾਇਆ ਗਿਆ ਹੈ। ਉਹਨੇ ਕਿਹਾ ਕਿ ਅਕਾਲੀ ਵਿਧਾਇਕ ਨੂੰ ਟਿਕਟ ਨਾ ਦੇਣ ਤੋਂ ਪਹਿਲਾਂ ਪੂਰੀ ਪੜਤਾਲ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਪਤਾ ਲੱਗਾ ਕਿ ਉਸਦਾ ਨਾਮ ਨਸ਼ਿਆਂ ਦੇ ਕਾਰੋਬਾਰੀਆਂ ਵਿੱਚ ਵੱਜਦਾ ਹੈ। ਉਹਨਾਂ ਮਜ਼ਾਕੀਆ ਲਿਹਾਜ਼ ਦੇ ਵਿੱਚ ਕਿਹਾ ਕਿ ਜਦੋਂ ਕਿਸੇ ਦੀ ਮੌਤ ਆਉਂਦੀ ਹੈ ਤਾਂ ਪਿੰਡਾਂ ਵਿੱਚ ਪੋਸਟਰ ਨਹੀਂ ਲੱਗਦੇ, ਇਹੀ ਹਾਲ ਅਕਾਲੀ ਦਲ ਦੇ ਸਟਿੰਗ ਵਿਧਾਇਕ ਦਾ ਹੋਇਆ। ਅਕਾਲੀ ਦਲ ਬਾਰੇ ਖੱਟਰ ਨੇ ਹੋਰ ਕੀ ਕਿਹਾ, ਤੁਸੀਂ ਖੁਦ ਹੀ ਸੁਣ ਲਵੋ। ਗਲਤੀਆਂ ਹੋ ਜਾਂਦੀਆਂ, ਸਾਡੇ ਕੋਲੋਂ ਵੀ ਗਲਤੀ ਹੁੰਦੀ ਹੁੰਦੀ ਬਚ ਗਈ। ਕੀ ਬੱਚੀ? ਅਸੀਂ ਕਿਹਾ ਵੀ ਸਾਫ ਸੁਥਰੇ ਬੰਦੇ ਆਉਣੇ ਚਾਹੀਦੇ ਆ। ਇੱਕ ਬੰਦਾ ਸਾਡੇ ਨਾਲ ਲੱਗਿਆ ਸੀਗਾ, ਅਸੀਂ ਸੋਚਿਆ ਬੜਾ ਚੰਗਾ ਹੋਣਾ, ਸਾਫ ਸੁਥਰਾ ਹੋਣਾ, ਥੋੜਾ ਅੱਗੇ ਵਧਾਓ। ਲੇਕਿਨ ਕੁਛ ਮਹੀਨੇ ਪਹਿਲੇ ਪਤਾ ਲੱਗਾ ਉਹ ਕਾਹਦਾ ਸਾਫ ਸੁਥਰਾ, ਉਹ ਤੇ ਖਾਨਦਾਨ, ਉਹਦਾ ਪਿੰਡ, ਉਹਦੇ ਸਭ ਕੁਛ ਨਸ਼ੇ ਦੇ ਚੱਕਰਾਂ 'ਚ ਫਸਿਆ ਬੈਠਾ ਹੈ। ਨਸ਼ੇ ਦੇ ਚੱਕਰਾਂ 'ਚ ਫਸਿਆ ਬੈਠਾ, 4 ਦਿਨ ਪਹਿਲਾਂ ਪਤਾ ਲੱਗ ਗਿਆ ਉਹਦੇ ਪਿੰਡ ਦੇ 'ਚ ਕੀ ਹੋ ਰਿਹਾ। ਇਸ ਤਰ੍ਹਾਂ ਦੇ ਬੰਦੇ ਨੂੰ ਅਸੀਂ ਨੇੜੇ ਨਹੀਂ ਲਾਵਾਂਗੇ। ਔਰ ਜਿਸ ਲਈ ਅਸੀਂ ਮੁਕਾਬਲਾ ਕੀਤਾ ਕਿ ਸਾਡੇ ਬਲਕੌਰ ਸਿੰਘ ਜੀ, ਇਹ 100 ਇਸੇ ਚੰਗੇ ਨੇ, ਇਹਨਾਂ ਨੇ ਵੀ ਕਿਹਾ ਕਿ ਮੈਂ BJP ਦੇ ਸਿੰਬਲ ਤੇ ਲੜ ਸਕਣਾ। ਮੈਂ ਕਿਹਾ ਦੇਖ ਲਓ, ਹੋ ਸਕਦਾ ਅਕਾਲੀ ਦਲ ਨਾਰਾਜ਼ ਹੋ ਜਾਵੇ। ਉਹ ਕਹਿੰਦੇ ਹੁਣ ਦਿਓ, ਮੈਨੂੰ ਤਾਂ ਚਿੰਤਾ ਅਕਾਲੀ ਦਲ ਦੀ ਨਹੀਂ ਹੈ, ਇਸ ਇਲਾਕੇ ਦੀ, ਇਸ ਸੁਸਾਇਟੀ ਦੀ, ਆਪਣੇ ਨੌਜਵਾਨਾਂ ਦੀ, ਆਪਣੇ ਭਵਿੱਖ ਦੀ ਇਹ ਚਿੰਤਾ ਹੈ। ਔਰ ਦੀ ਸੁਰੱਖਿਆ BJP ਕਰ ਸਕਦੀ, ਹੋਰ ਕੋਈ ਨਹੀਂ ਕਰ ਸਕਦੀ। ਅਸੀਂ ਇਹਨਾਂ ਦਾ ਹੱਥ ਫੜ ਲਿਆ, ਔਰ ਜਿਹੜਾ ਆਪਣੇ ਵਾਲਾ ਸੀ ਉਹਨੂੰ ਅੰਗੂਠਾ ਦਿਖਾਤਾ, ਚੱਲ ਤੂੰ ਦੌੜ ਜਾ, ਔਰ ਉਹਦਾ ਹੱਥ ਕਿਹਨੇ ਫੜ ਲਿਆ? ਅਕਾਲੀ ਦਲ ਨੇ ਫੜ ਲਿਆ। ਜਿਸ ਵੇਲੇ ਮੌਤ ਆਉਂਦੀ ਹੈ ਤੇ ਉਸ ਵੇਲੇ ਪੋਸਟ ਨਹੀਂ ਲੱਗਦੇ ਪਿੰਡਾਂ 'ਚ, ਮੌਤ ਤੇ ਇਸ ਤਰ੍ਹਾਂ ਹੀ ਆਉਂਦੀ ਹੈ। ਜਾ ਕੇ ਉਹ ਵੀ ਫਸ ਗਏ, ਉਹ ਵੀ ਫਸ ਗਏ, ਦਿਓ ਜਵਾਬ ਕਿਸ ਤਰ੍ਹਾਂ ਦਿਓਗੇ? ਭਾਈਓ ਭੈਣੋ, ਇਹ ਅਕਾਲੀ ਦਲ ਵਾਲੇ ਬੜੇ ਆਏ ਸਾਡੇ ਕੋਲੋਂ, ਸਮਝੌਤਾ ਕਰ ਲਓ ਜੀ, ਅਸੀਂ ਇਹ ਭਾਈ ਤੁਹਾਡੇ ਨਾਲ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਉਹ ਭਾਈ ਸਾਨੂੰ ਤੁਸੀਂ SYL ਦਾ ਪਾਣੀ ਦੇ ਦਿਓ, ਸਮਝੌਤੇ 'ਚ ਅਸੀਂ ਕਹੋਗੇ ਤੇ ਅਸੀਂ ਇੱਕ ਨਹੀਂ ਦੋ ਤਿੰਨ ਸੀਟਾਂ ਫ੍ਰੀ 'ਚ ਦੇ ਦਿਆਂਗੇ ਤੁਹਾਨੂੰ। ਸਾਨੂੰ ਸਾਡੇ ਕਿਸਾਨ ਦੀ, ਪਾਣੀ ਦੀ ਜਿਹੜੀ ਲੋੜ ਹੈ ਉਹ ਪਹਿਲੀ ਚੀਜ਼ ਹੈ। ਉਸ ਪਾਣੀ ਦਾ ਫਾਇਦਾ ਪੂਰੇ ਹਰਿਆਣਾ 'ਚ ਹੋਣ ਵਾਲਾ ਹੈ, ਭਾਵੇਂ ਉਹ ਦੱਖਣ ਹਰਿਆਣਾ ਹੈ, ਭਾਵੇਂ ਉਹ ਸਿਰਸਾ ਜ਼ਿਲ੍ਹਾ ਹੈ, ਭਾਵੇਂ ਉਹ ਨੂੰਹ ਜ਼ਿਲ੍ਹਾ ਹੈ, ਫਰੀਦਾਬਾਦ ਜ਼ਿਲ੍ਹਾ ਹੈ, ਮਹਿੰਦਰਗੜ੍ਹ ਜ਼ਿਲ੍ਹਾ ਹੈ, ਭਿਵਾਨੀ ਜ਼ਿਲ੍ਹਾ ਹੈ, ਹਿਸਾਰ ਜ਼ਿਲ੍ਹਾ, ਸਿਰਸਾ ਜ਼ਿਲ੍ਹਾ, ਸਭ ਜ਼ਿਲ੍ਹਿਆਂ ਨੂੰ ਉਹ ਸਾਡੇ ਪਾਣੀ ਦਾ ਫਾਇਦਾ ਹੋਣ ਵਾਲਾ ਹੈ।
ਅਸੀਂ ਆਪਣੇ ਕਿਸਾਨ ਦੀ ਦੇਖੀਏ ਕਿ ਤੁਹਾਡੀਆਂ ਦੋ ਚਾਰ ਸੀਟਾਂ ਨੂੰ ਦੇਖੀਏ, ਸਾਡੇ ਵਾਸਤੇ ਸਾਡਾ ਕਿਸਾਨ ਪਿਆਰਾ ਹੈ, ਸਾਡਾ ਕਿਸਾਨ ਪਿਆਰਾ ਹੈ ਕਿ ਨਹੀਂ ਹੈ ਨਾ, ਆਪਾਂ ਨੂੰ ਸਾਨੂੰ ਪਿਆਰਾ। ਔਰ ਮੈਂ ਅੱਜ ਵੀ ਕਹਿੰਦਾ ਅਕਾਲੀ ਦਲ ਵਾਲਿਓ, ਤੁਸੀਂ ਘੋਸ਼ਣਾ ਕਰ ਦਿਓ ਕਿ ਅਸੀਂ ਐਸ ਓ ਐਲ ਦੇ ਕੰਮ ਦੇ ਵਿੱਚ ਰੋੜਾ ਨਹੀਂ ਅਟਕਾਵਾਂਗੇ, ਹਰਿਆਣਾ ਦੀ ਐਸ ਓ ਐਲ ਦੀ ਜਿਹੜੀ ਨਹਿਰ ਹੈ ਉਹਨੂੰ ਬਣਵਾ ਦਿਆਂਗੇ, ਤੇ ਤੁਹਾਡਾ ਚੰਗਾ ਕੋਈ ਵੀ ਕਾਲਾ ਵਾਲੀ ਨੂੰ ਛੱਡ ਕੇ ਤੁਹਾਡਾ ਚੰਗਾ ਕੋਈ ਵੀ ਇੱਕ ਪ੍ਰਤਿਆਸ਼ੀ ਦੱਸ ਦਿਓ, ਅਸੀਂ ਉੱਥੋਂ ਆਪਣਾ ਕੈਂਡੀਡੇਟ ਵਾਪਸ ਲੈ ਲਾਂਗੇ, ਤੁਹਾਨੂੰ ਜਿਤਾ ਦਿਆਂਗੇ। ਕਾਲਾ ਵਾਲੀ ਤੇ ਨਜ਼ਰ ਨਾ ਰੱਖਣਾ, ਕਿਉਂਕਿ ਕਾਲਾ ਵਾਲੀ ਦਾ ਤੁਹਾਡਾ ਬੰਦਾ ਜਿਹੋ ਜਿਹਾ ਹੈ, ਸਾਡਾ ਪਰਖਿਆ ਯਾਰ, ਸਾਨੂੰ ਪਤਾ ਹੈ ਉਹ ਕੀ ਹੈ। ਮੈਂ ਤੇ ਯਾਤਰਾ ਚ ਆ ਕੇ ਦੇਖ ਲਿਆ ਸੀ ਇਹ ਨਿਕੰਮਾ ਬੰਦਾ, ਇਹਨੂੰ ਨੇੜੇ ਨਹੀਂ ਲਾਣਾ। ਇਸ ਕਰਕੇ ਅਸੀਂ ਨਿਰਣੇ ਲਿਆ, ਡਿਸੀਜਨ ਲਿਆ, ਹੁਣ ਤੁਹਾਡੇ ਹੱਥ ਚ ਹੈ ਤੇ ਤੁਸੀਂ ਚੰਗੇ ਪਾਸੇ ਚੱਲਣਾ ਜਾਂ ਫਿਰ ਆਪਣੇ ਬੱਚਿਆਂ ਦੇ ਨਸ਼ੇ ਖੋਰੀ ਵੱਲ ਚੱਲਣਾ ਹੈ। ਨਸ਼ਾ ਖੋਰੀ ਇਸ ਇਲਾਕੇ ਦੀ ਬੁਰੀ ਆਦਤ ਹੈ, ਪੂਰਾ ਇਲਾਕਾ ਡੱਬ ਵਾਲੀ ਕਾਲਾਂ ਵਾਲੀ, ਅੱਗੇ ਰਤੀਆ ਤੇ ਤੁਹਾਡਾ ਫਿਰ ਟੋਹਾਣਾ ਤੋਂ ਲੈ ਕੇ ਔਰ ਅੰਬਾਲੇ ਤੱਕ ਜਿਹੜਾ ਬਾਰਡਰ ਦਾ ਇਲਾਕਾ, ਇਹ ਨਸ਼ਿਆਂ ਦੇ ਵਿੱਚ ਸਾਡਾ ਨੌਜਵਾਨ ਖਰਾਬ ਹੁੰਦਾ ਜਾ ਰਿਹਾ। ਮੈਂ ਪਹਿਲ ਕੀਤੀ, 8 ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਬੁਲਾਇਆ, ਉਹਨਾਂ ਦੇ ਅਫਸਰਾਂ ਨੂੰ ਬੁਲਾਇਆ, ਮੈਂ ਕਿਹਾ ਭਾਈ ਇਹ ਸੰਭਾਲ ਲਓ, ਸਾਡਾ ਜਿਹੜਾ ਉੱਤਰ ਭਾਰਤ ਹੈ ਨਾ, ਇਹਦੇ 7-8 ਪ੍ਰਦੇਸ਼ ਹੌਲੇ ਹੌਲੇ, ਪਹਿਲਾਂ ਤੇ ਪਾਕਿਸਤਾਨ ਚੋਂ ਪੰਜਾਬ ਚ ਆਇਆ ਨਸ਼ਾ, ਹੁਣ ਪੰਜਾਬ ਚੋਂ ਅੱਗੇ ਟਰੈਵਲ ਕਰਨ ਲੱਗ ਗਿਆ, ਕੋਈ ਜੰਮੂ ਕਸ਼ਮੀਰ ਤੋਂ ਆਉਂਦਾ ਸੀ। ਅਸੀਂ ਕਹਿੰਦੇ ਰੋਕ ਲਓ, ਸਾਰੇ ਮਿਲ ਕੇ ਰੋਕੀਏ, ਇਹ ਕੋਈ ਪੋਲੀਟੀਕਲ ਮਾਮਲਾ ਨਹੀਂ ਹੈ, ਕਿਸੇ ਇੱਕ ਸਟੇਟ ਦਾ ਨਹੀਂ ਹੈ। ਅਸੀਂ ਉਹਦਾ ਇੱਕ ਸੈਕਟਰੀਏਟ ਬਣਾਇਆ, ਡਰੱਗ ਕੰਟਰੋਲ ਸੈਕਟਰੀਏਟ ਪੰਚਕੂਲੇ ਦੇ ਵਿੱਚ, ਸਾਰੇ ਸਟੇਟਾਂ ਨੇ ਹਾਂ ਕੀਤੇ, ਕਿ ਅਸੀਂ ਰੋਕਾਂਗੇ। ਸਾਡੀ ਇਹ ਬਹੁਤ ਦਰਦ ਹੈ ਸਾਨੂੰ। ਅਸੀਂ ਉਹਦੀ ਇੱਕ STF ਬਣਾਈ, ਸਪੈਸ਼ਲ ਟਾਸਕ ਫੋਰਸ ਬਣਾਤੀ ਹੈ ਕਿ ਅਸੀਂ ਨਸ਼ੇ ਨੂੰ ਰੋਕਣਾ ਹੈ। ਦੱਸ ਦਈਏ ਕਿ ਹਰਿਆਣਾ ਵਿੱਚ ਅਕਾਲੀ ਦਲ ਤੇ ਭਾਜਪਾ ਇੱਕ ਦੂਜੇ ਦੇ ਵਿਰੁੱਧ ਚੋਣ ਲੜ ਰਹੇ ਨੇ, ਤੇ ਪਿਛਲੇ ਦਿਨੀ ਭਾਜਪਾ ਵੱਲੋਂ ਅਕਾਲੀ ਦਲ ਦੇ ਵਿਧਾਇਕ ਨੂੰ ਭਾਜਪਾ ਵਿੱਚ ਸ਼ਾਮਿਲ ਕਰਨ ਨੂੰ ਲੈ ਕੇ ਦੋਵੇਂ ਪਾਰਟੀਆਂ ਵਿੱਚ ਕਾਫੀ ਵਿਵਾਦ ਵੱਧ ਗਿਆ ਸੀ, ਜਿਸ ਦਾ ਅਸਰ ਅਕਾਲੀ ਭਾਜਪਾ ਦੇ ਪੰਜਾਬ ਵਿਚਲੇ ਗੜਚੋੜ ਤੇ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ। ਬਿਊਰੋ ਰਿਪੋਰਟ, ਸਪੋਕਸਮੈਨ TV।